ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜੀ ਬਠਿੰਡਾ ਜ਼ਿਲ੍ਹਾ ਦੇ ਨੇੜਲੇ ਪਿੰਡ ਨਥਾਣਾ ਤੋਂ ਜਿੱਥੇ ਕਿ ਅੱਜ ਬੀਜੇਪੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਨਥਾਣਾ ਮੰਡਲ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਬੀਜੇਪੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਗੋਗੀ ਜੀ, ਜ਼ਿਲ੍ਹਾ ਵਾਈਸ ਪ੍ਰਧਾਨ ਦਰਸ਼ਨ ਸਿੰਘ ਜੀ ਭੈਣੀ ਮੰਡਲ ਪ੍ਰਧਾਨ, ਪ੍ਰਿਤਪਾਲ ਸਿੰਘ ਜੀ ਬੀਬੀ ਵਾਲਾ, ਅਸ਼ੋਕ ਬਾਲਿਆਂ ਵਾਲੀ ਜੀ, ਸੁਰੇਸ਼ ਬਾਂਸਲ ਜੀ, ਹਰਿੰਦਰਜੀਤ ਨਾਮੀ ਐਮ ਸੀ ਨਥਾਣਾ, ਰਾਮ ਗੋਪਾਲ ਰਾਮੂ ਜੀ ਨਥਾਣਾ, ਬੇਅੰਤ ਸਿੰਘ ਕਲਿਆਣ ਹਾਜ਼ਰ ਸਨ। ਇਸ ਮੌਕੇ ਅਨੇਕਾਂ ਪਰਿਵਾਰਾਂ ਨੂੰ ਸਰੋਪੇ ਪਾ ਕੇ ਬੀਜੇਪੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਪੇਸ਼ ਹੈ ਸਾਡੇ ਪੱਤਰਕਾਰ ਕੁਲਦੀਪ ਸਿੰਘ ਨਥਾਣਾ ਦੀ ਇਹ ਖਾਸ ਰਿਪੋਰਟ। ਸਰਕਲ ਨਥਾਣਾ ਦੀ ਅੱਜ ਮੀਟਿੰਗ ਵਿੱਚ ਪਹੁੰਚੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਬਹੁ ਸਰੂਪ ਚੰਦ ਸਿੰਗਲਾ ਜੀ, ਸਰਕਲ ਨਥਾਣਾ ਦੇ ਪ੍ਰਧਾਨ ਦਰਸ਼ਨ ਸਿੰਘ ਬਿੱਕਾ ਜੀ, ਮੇਰੇ ਨਾਲ ਜ਼ਿਲ੍ਹੇ 'ਚ ਜਨਰਲ ਸੈਕਟਰੀ ਅਸ਼ੋਕ ਬਾਲਿਆਂ ਵਾਲੇ ਜੀ, ਇਸ ਮੰਡਲ ਦੇ ਇੰਚਾਰਜ ਸਜੀਵ ਬਾਂਸਲ ਜੀ, ਔਰ ਟੀਮ 'ਚ ਜ਼ਿਲ੍ਹਾ ਵਾਈਸ ਪ੍ਰਧਾਨ ਜਤਿੰਦਰ ਗੋਗੀ ਜੀ, ਜਤਿੰਦਰ ਸ਼ਰਮਾ ਜੀ, ਬੂਟਾ ਸਿੰਘ ਜੀ ਬੀਬੀ ਵਾਲਾ, ਹਰਪਾਲ ਮਾਨ ਜੀ, ਜਤਿੰਦਰ ਸ਼ਰਮਾ ਜੀ, ਹੋਰ ਜੇ ਮੈਂ ਨਾਮਾਂ ਦੇ ਚੱਕਰ 'ਚ ਨਾ ਪਈਏ, ਸਾਰੇ ਹੀ ਸਤਿਕਾਰ ਜੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਸਾਹਿਬਾਨ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦਾ ਦਿਨ ਹੈ ਭਾਰਤੀ ਜਨਤਾ ਪਾਰਟੀ ਸਰਕਲ ਨਥਾਣਾ ਦੀ ਜਿਹੜੀ ਟੀਮ ਦੀ ਅਨਾਊਂਸਮੈਂਟ ਕਰਨ ਲਈ ਸਾਡੇ ਕੋਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆਏ ਹੈ, ਔਰ ਬੜਾ ਵਧੀਆ ਜਿਹੜਾ ਇਹ ਟਾਈਮ ਚੱਲ ਰਿਹਾ ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਸਾਰੀਆਂ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਹਰ ਇੱਕ ਪਿੰਡ 'ਚੋਂ ਆਵਾਜ਼ ਆਉਂਦੀ ਹੈ ਵੀ ਜਿੰਨਾ ਚਿਰ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਬਣਦੀ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਕਿਉਂਕਿ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਕੋਲ ਕੋਈ ਰੋਡ ਮੈਪ ਨਹੀਂ, ਕੋਈ ਪਲੈਨਿੰਗ ਨਹੀਂ ਹੈਗੀ, ਝੂਠੇ ਵਾਅਦੇ ਕਰਕੇ ਵੋਟਾਂ ਲੈ ਕੇ ਸਰਕਾਰ ਬਣਾ ਲੈਂਦੇ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤਾਂ ਇੱਕ ਸਾਲ ਵਿੱਚ ਹੀ ਝੱਗਾ ਚੌੜ ਹੋ ਗਿਆ, ਸਭ ਨੂੰ ਪਤਾ ਲੱਗ ਗਿਆ, ਕਰਜ਼ਾ ਲੈ ਲੈ ਟਾਈਮ ਟਪਾ ਰਹੇ ਆ ਪੰਜਾਬ, ਸਿਰ ਕਰਜ਼ਾ ਵਧਾਈ ਜਾਂਦੇ ਆ, ਜਿੰਨੇ ਵਾਅਦੇ ਕੀਤੇ ਸੀ ਜਾਂ ਜਿਹੜੇ ਦੂਜੀਆਂ ਪਾਰਟੀਆਂ 'ਤੇ ਤਵੇ ਲਾ ਲਾ ਕੇ ਮੁੱਖ ਮੰਤਰੀ ਆਪਣੀ ਸਰਕਾਰ ਬਣਾਈ ਪ੍ਰਧਾਨ ਭਗਵੰਤ ਸਿੰਘ ਮਾਨ ਨੇ, ਉਹੀ ਜਿਹੜੀਆਂ ਖੁਨਾਮੀਆਂ ਉਹੀ ਗੱਲਾਂ 'ਤੇ ਉਹਦਾ ਪਰਿਵਾਰਵਾਦ 'ਚ ਆਪ ਉਲਝਿਆ ਪਿਆ। ਸੋ ਕੰਮੀ ਸਰਕਾਰ ਹੈ, ਔਰ ਹੁਣ ਪਿੰਡਾਂ ਵਿੱਚ ਆਪਾਂ ਨੂੰ ਮੌਕਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੁਨੇਹਾ ਲੈ ਕੇ ਜਾਣ ਦਾ, ਨਰਿੰਦਰ ਮੋਦੀ ਜੀ ਦਾ ਸੁਨੇਹਾ ਲੈ ਕੇ ਜਾਣ ਦਾ ਕਿ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰੀਏ, ਔਰ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ। ਮੈਂ ਬੇਨਤੀ ਕਰੂੰਗਾ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਜਤਿੰਦਰ ਗੋਗੀ ਜੀ ਕਿ ਉਹ ਵੀ ਆਪਣੇ ਵਿਚਾਰ ਰੱਖਣਗੇ। ਜਤਿੰਦਰ ਗੋਗੀ ਜੀ, ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਬੋਲੇ ਸੋ ਨਿਹਾਲ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜ਼ਿਲ੍ਹੇ ਦੇ ਬਹੁਤ ਹੀ ਮਿਹਨਤੀ ਇਮਾਨਦਾਰ ਸ਼ਖਸੀਅਤ ਸ਼੍ਰੀ ਸਰੂਪ ਚੰਦ ਸਿੰਗਲਾ ਜੀ ਦਾ ਅੱਜ ਨਥਾਣਾ ਸਰਕਲ ਦੇ ਵਿੱਚ ਪਹੁੰਚਣ 'ਤੇ ਆਪਣੇ ਵੱਲੋਂ ਅਤੇ ਗ੍ਰੀਨਫੀਲਡ ਪੈਲਸ ਵੱਲੋਂ ਬਹੁਤ ਬਹੁਤ ਜੀ ਆਇਆਂ ਕਾ ਇਹਨਾਂ ਦੇ ਧੰਨਵਾਦ ਕਰਦਾ। ਉਹਨਾਂ ਦੇ ਨਾਲ ਸਾਡੇ ਜਨਰਲ ਸੈਕਟਰੀ ਅਸ਼ੋਕ ਬਾਲਿਆਲੀ ਜੀ, ਪ੍ਰਿਤਪਾਲ ਜੀ ਬੀਬੀ ਵਾਲਾ, ਅਤੇ ਇਸ ਮੰਡਲ ਦੇ ਪ੍ਰਭਾਰੀ ਸੰਜੀਵ ਜੀ, ਅਤੇ ਇਸ ਮੰਡਲ ਦੇ ਪ੍ਰਧਾਨ ਦਰਸ਼ਨ ਸਿੰਘ ਬਿੱਕਾ ਜੀ, ਜਿਹੜੇ ਬਹੁਤ ਮਿਹਨਤ ਕਰ ਰਹੇ ਹੈ। ਮੈਂ ਪ੍ਰਧਾਨ ਜੀ ਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਹੀ ਦੱਸਣਾ ਚਾਹੁੰਦਾ ਕਿ ਜਿਹੜੀ ਅੱਜ ਟੀਮ ਤੁਸੀਂ ਪ੍ਰਧਾਨ ਜੀ ਤੁਹਾਡੀ ਰਹਿਨਮਾਈ ਥੱਲੇ ਤੁਸੀਂ ਅਨਾਊਂਸ ਕਰ ਰਹੇ ਹੋ, ਇਹ ਟੀਮ ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਇਸ ਮੰਡਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਜਾਂ ਵਰਕਰ ਸੀ, ਉਹਨਾਂ ਦੀ
100% राय मशवरे के नाल इस टीम नू तैयार किया गया ते चंगे बंदियां नू मेहनती बंदियां नू इस टीम दे विच मौका दिता गया है। ते तुहाडी रहनुमाई थले हमेशा भारतीय जनता पार्टी के झंडे थले सरूप चंद सिंगला जी के झंडे थले हमेशा ये तुहाडे नाल दिन रात कोई भी स्नेहा जिले वालों जां मंडल वालों लगूगा ये दिन रात तुहाडे नाल रहणगे। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।